ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਮਨਪ੍ਰੀਤ ਸਿੰਘ ਮੱਲ, ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਰਾਵਣ ਦਾ ਰੋਲ ਨਿਭਾ ਰਿਹਾ। ਤੋ ਸਾਰਿਆਂ ਨੂੰ ਰਿਕੁਐਸਟ ਹੈ ਤੇ ਸਾਰਿਆਂ ਨੇ 14 ਅਕਤੂਬਰ ਤੋਂ ਰਾਮਲੀਲਾ ਸਟਾਰਟ ਹੈ, ਸਾਰਿਆਂ ਨੇ ਹੁਮ ਹਮਾ ਕੇ ਪਹੁੰਚਣਾ। ਜੈ ਸ਼੍ਰੀ ਰਾਮ ਜੀ। ਹੈ ਗਾਇਸ, ਨਮਸਕਾਰ, ਆਰਸੀ ਬੱਲੂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ। ਔਰ ਇਸ ਵਕਤ ਮੈਂ ਪਹੁੰਚਿਆ ਰਾਮਲੀਲਾ ਗਰਾਊਂਡ ਰੋਪੜ ਦੇ ਵਿੱਚ, ਜਿੱਥੇ ਅੱਜ ਹਨੂੰਮਾਨ ਜੀ ਦਾ ਝੰਡਾ ਚੜਾਇਆ ਗਿਆ। ਹਨੂੰਮਾਨ ਮੰਦਿਰ ਤੋਂ ਲੈ ਕੇ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚ ਕੇ ਝੰਡੇ 'ਤੇ ਝੰਡਾ ਜੋ ਹੈ ਉਹ ਹਨੂੰਮਾਨ ਜੀ ਦਾ ਲੱਗ ਚੁੱਕਿਆ। ਔਰ ਰਾਮਲੀਲਾ ਦਾ ਜੋ ਹੈ ਮੰਚਨ ਉਹ ਵੀ ਸ਼ੁਰੂ ਹੋਏਗਾ 14 ਤਰੀਕ ਨੂੰ। ਸੋ ਸਾਰੇ ਹੁਮ ਹਮਾ ਕੇ ਇੱਥੇ ਪਹੁੰਚੋ। ਥੈਂਕ ਯੂ। ਰਘੁਪਤਿ ਕੀਨੀ ਬਹੁਤ ਬੜਾਈ, ਤੁਮ ਮਮ ਪ੍ਰਿਯ ਵਰਦਿ ਸੰਭਾਈ। ਸੰਤਾਦਿਕ ਬ੍ਰਹਮਾਦਿ ਮੁਨਿ ਸਾ ਨਾਰਦ ਸਾਰਦ ਸਹਿਤ ਤੁਮੇ ਉਪਕਾਰ ਸੁਗ੍ਰੀਵ ਕੀਨਾ, ਕਾਲ ਮਿਲਾਏ ਰਾਜਪਤ ਦੀਨਾ। ਭਾਨੁ ਲੀਲੋ ਕਾਲੀ ਮਧੁਰ ਬਲ ਜਾਨੁ, ਰਾਮ ਦੁਆਰੇ ਤੁਮ ਰਖਵਾਲੇ, ਭੋਗ ਨਾਗਾ ਬਿਨ ਮੈਂ ਸਾਰੇ, ਸਭ ਸੁਖ ਲਹੇ ਤੁਮਾਰੀ ਸਰ। ਤੁਮਰਾ ਸ਼ਬਦ ਮਹਾਵੀਰ ਜਬ ਨਾਮ ਸੁਨਾਵੇ, ਨਾਸੇ ਰੋਗ ਹਰੇ ਸਭ ਪੀੜਾ, ਜਪਤ ਨਿਰੰਤਰ ਹਨੁਮਤ ਵੀਰਾ। ਸੰਕਟ ਤੇਰ ਰਾਮ ਤਪਸਵੀ ਰਾਜਾ, ਤਿਨਕੇ ਕਾਜ ਸਕਲ ਤੁਮ ਸਾਜਾ। ਔਰ ਮਨੋਰਥ ਜੋ ਕੋਈ ਨਾਵੇ, ਸੋਈ ਅਮਿਤ ਜੀਵਨ ਬਲ ਪਾਵੇ। ਚਾਰੋ ਯੁਗ ਪ੍ਰਤਾਪ ਤੁਮਾਰਾ ਹੈ, ਪਰ ਸਿਰਤ ਜਗਤ ਉਥਿਆਰਾ। ਤਿਨ ਜਾਨ ਕੀ ਮਾਤਾ ਰਾਮ ਰਸਾਇਣ ਤੁਮਰੇ ਪਾਸਾ, ਸਦਾ ਰਹੋ ਰਘੁਬਤ ਕੇ ਦਾਸਾ। ਤੁਮਰੇ ਭਜਨ ਰਾਮ ਕੋ ਪਾਵੇ, ਜਨਮ ਜਨਮ ਕੇ ਦੁੱਖ ਵਿਸਰਾਵੇ। ਅੰਤ ਕਾਲ ਰਘੁਬਰ ਜਾਈ, ਜਨਮ ਹਰਿ ਭਗਤ ਕਹਾਈ। ਕਿਰਪਾ ਕਰੋ ਗੁਰਦੇਵ ਕਿਨਾਈ, ਜੋ ਸਤ ਵਾਰ ਪਾਠ ਕਰ ਕੋਈ ਕੋਈ, ਜੋ ਜੈ ਪੜ ਹਨੁਮਾਨ ਚਲੀਸਾ, ਹੋਏ ਸਿੱਧ ਸਾਖੀ ਬੋਲੀ ਸਾਜਾ। ਰਾਮ ਰਘੁਵੰਸ ਨਾਥ ਉਸ਼ਿਆਪਤੀ ਰਾਮ ਚੰਦਰ ਸਵਾਜ ਕੀ ਜੈ।
ਜੈ ਸ਼੍ਰੀ ਰਾਮ ਜੀ। ਅੱਜ ਹਨੂੰਮਾਨ ਜੀ ਬਜਰੰਗ ਬਲੀ ਜੀ ਦਾ ਝੰਡਾ ਚੜ੍ਹਾ ਦਿੱਤਾ ਗਿਆ ਹੈ ਅਤੇ ਰੈਸਲਾਂ ਸ਼ੁਰੂ ਹੋ ਚੁੱਕੀਆਂ। ਰਾਮਲੀਲਾ ਜਲਦੀ ਹੀ ਤੁਹਾਡੇ ਸਾਹਮਣੇ ਸ਼ੁਰੂ ਹੋ ਜਾਏਗੀ ਅਤੇ ਝੰਡੇ ਦੀ ਖੁਸ਼ੀ 'ਚ ਮੈਂ ਸਭ ਨੂੰ, ਸਾਰੇ ਕਲਾਕਾਰਾਂ ਨੂੰ ਮੁਬਾਰਕਾਂ ਦਿੰਦਾ, ਸਾਰੇ ਸ਼ਹਿਰ ਵਾਸੀਆਂ ਨੂੰ ਵੀ ਮੁਬਾਰਕਾਂ ਦਿੰਦਾ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਜੀ। ਮੈਂ ਸ਼੍ਰੀ ਸ਼੍ਰੀ ਰਾਮਲੀਲਾ ਕਮੇਟੀ ਦਾ ਜਨਰਲ ਸੈਕਟਰੀ। ਅੱਜ ਸ਼੍ਰੀ ਰਾਮਲੀਲਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਮਹਾਵੀਰ ਜੀ ਦਾ ਝੰਡਾ ਲੈ ਕੇ ਸਾਰੇ ਕਲਾਕਾਰ ਹਨੂੰਮਾਨ ਮੰਦਿਰ ਤੋਂ ਲੈ ਕੇ ਸ਼੍ਰੀ ਰਾਮਲੀਲਾ ਗਰਾਊਂਡ ਤੱਕ ਆਉਂਦੇ ਹੈ। ਬਜਰੰਗੀ ਜੀ ਦਾ ਆਸ਼ੀਰਵਾਦ ਲੈ ਕੇ ਪ੍ਰਭੂ ਦਾ ਜਿਹੜਾ ਰਾਮ ਮੰਚਨ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਆਸ਼ੀਰਵਾਦ ਲਈਦਾ ਹੈ। ਔਰ ਸਾਰੇ ਕਲਾਕਾਰ ਬੜੀ ਧੂਮਧਾਮ ਨਾਲ ਹੁਣ 'ਚ ਪਾਉਂਦੇ ਨੇ। ਔਰ 14 ਤਾਰੀਖ ਇਹਨਾਂ ਨੇ, ਮੇਰਾ ਖਿਆਲ 12-13 ਤਾਰੀਖ ਤੋਂ ਇਹਨਾਂ ਨੇ ਆਪਣੀ ਰਿਹਰਸਲ ਵੀ ਕਲਾਕਾਰਾਂ ਨੇ ਸ਼ੁਰੂ ਕੀਤੀ ਵੀ, ਜਿਹਦੇ 'ਚ ਰਿਸ਼ਪਾਲ ਬੱਲੂ ਜੀ ਦੀ ਬੜੀ ਮਿਹਨਤ ਹੈ ਔਰ ਕਲਾਕਾਰਾਂ ਨੂੰ ਬੜੇ ਅੱਛੇ ਤਰੀਕੇ ਨਾਲ ਤਿਆਰ ਕਰਕੇ ਔਰ ਬਹੁਤ ਹੀ ਬੁਲੰਦੀਆਂ ਤੱਕ ਲੈ ਜਾਂਦੇ ਹੈ। ਮੈਂ ਸ਼ੁਕਰਗੁਜ਼ਾਰ ਹਾਂ ਸ਼੍ਰੀ ਬੱਲੂ ਜੀ ਦਾ, ਜਿਨ੍ਹਾਂ ਦਾ ਪੂਰਾ ਨਾਂ ਤਾਂ ਖੈਰ ਸ਼ਵਾਲ ਬੱਲੂ ਜੀ, ਅਸੀਂ ਬੱਲੂ ਜੀ ਬੜੇ ਪਿਆਰ ਨਾਲ ਕਹਿੰਦੇ ਹਾਂ। ਔਰ ਸਾਡੇ ਸਟੇਜ 'ਤੇ ਵੀ ਰਾਵਣ ਦਾ ਰੋਲ, ਹੋਰ ਪਤਾ ਨਹੀਂ ਕਿਹੜੇ ਰੋਲ, ਕਮੇਡੀਅਨ ਦੇ ਰੋਲ ਤੱਕ ਕੀਤੇ ਹੈ। ਅਤੇ ਬਾਕੀ ਕਲਾਕਾਰ ਸਾਡੇ ਆਪਣੇ ਇੱਧਰ ਨਾਲ ਖੜ੍ਹੇ ਮਾਲੀ ਜੀ ਰਾਵਣ ਦਾ ਪਾਤਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਸੂਰਜ ਪ੍ਰਕਾਸ਼ ਜੀ, ਇਹਨਾਂ ਨੇ ਵੀ ਕਈ ਰੋਲ ਨਿਭਾਉਂਦੇ, ਹੁਣ ਪ੍ਰਭੂ ਰਾਮ ਜੀ ਦਾ ਰੋਲ, ਸੀਤਾ ਦਾ ਪਾਠ, ਹੋਰ ਕਈ ਪਾਠ ਕੀਤੇ ਹੈ, ਪਰ ਇਸ ਟਾਈਮ ਭਗਵਾਨ ਰਾਮ ਦੇ ਰੋਲ 'ਚ ਆਪਣਾ ਅਦਾ ਕਰ ਰਹੇ ਹੈ। ਸਾਰਿਆਂ ਨੂੰ ਮੈਂ ਆਡੀਅੰਸ ਨੂੰ, ਸ਼ਹਿਰ ਵਾਸੀਆਂ ਨੂੰ ਇਹ ਆਪਣੀ ਬੇਨਤੀ ਕਰਦਾ ਕਿ 14 ਅਕਤੂਬਰ ਤੋਂ ਬੜੇ ਧੂਮਧਾਮ ਕੇ ਅਕਸਰ ਰਾਮਲੀਲਾ ਗਰਾਊਂਡ 'ਚ ਕਲਾਕਾਰਾਂ ਦਾ ਮੰਚਨ ਦੇਖਣ ਪ੍ਰਭੂ ਰਾਮ ਜੀ ਦਾ ਜ਼ਰੂਰ ਆ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ ਜੀ। ਅੱਜ ਸਾਰਿਆਂ ਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਐਸਟੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਜੀ ਅਸ਼ਵਨੀ ਜੀ, ਸੈਕਟਰੀ ਸਾਹਿਬ ਸਾਡੇ ਸਹਿਗਲ ਸਾਹਿਬ, ਉਹ ਸਾਰੀ ਹੀ ਟੀਮ ਨੇ ਅੱਜ
हनुमान मंदिर तो चंडा की रस्म कीती है, जो कि असी रामलीला शुरू करने तो पहला एक चंडे की रस्म करते हैं। प्रभु हनुमान जी नूं विराजमान करते हैं कि आके इस काज नूं रास करना है। तो तकरीबन 14 तरीक तो जो कि एस जी रामलीला कमेटी वालों रोपड़ शहर के कलाकार रामलीला का जो स्टेज पर प्रभु राम जी की जीवन कथा है जिस तरह उस तरह सुनाई दसाया जाएगा। रोपड़ शहर के कलाकार बड़े साढ़े शहर के बच्चे एक एक रोल के राम जी का रोल, लक्ष्मण का रोल, रावण का रोल, सारे प्ले रोपड़ शहर के बच्चे करते हैं, जो कि नशिया तो परे होके बड़े अच्छे तरीके नाल और अपने ही प्रभु के चरणों के रह के ही उपासना में रह के ही रोल करते हैं। तो ये जिहड़ा एस डी रामलीला कमेटी का जो प्रोग्राम है शुरू होने जा रहा 14 अक्टूबर तो चलेगा पहली नाइट, उस तो बाद दशहरा जो कि मनाया जा रहा है बड़ी धूमधाम नाल मनाया जाएगा। मेरी बेनती है शहर निवासियों को बस चढ़ के एस डी रामलीला कमेटी का साथ दो, सहयोग दो और दान भी दो, क्योंकि इत्थे एक बहुत विशाल हाल बन रहा है और जो कि आने वाले लोगों के वास्ते बहुत ही महत्वपूर्ण लाभदायक होएगा। जय श्री राम। जय श्री राम। सारे मेरी जय श्री राम। मैं अश्विनी कुमार, प्रधान एस जी रामलीला कमेटी रोपड़। अज असी हनुमान जी नूं मना के लैके आए हैं, इतना स्थापित किया कि जिन्ना दिन राम जी का हो सू बैठना और आशीर्वाद देना। झंडे की रस्म अज असी अदा की है। मेरा सारे शहर निवासियों निवेदन है कि बढ़ चढ़ के रामलीला दे विच आओ, देखो। इस बार सारे मुंडिया ने रल के बहुत वधिया तैयारी की और बहुत कुछ नवा दिखाने की कोशिश कर रहे हैं, तो इस करके तुसी इत्थे पधारना है, वध तो वध सहयोग देना है। ये प्रोग्राम 14 तरीक तो अक्टूबर तो शुरू हो के दशहरे तक चलेगा। सारे नूं मेरी जय श्री राम। जय श्री राम।
Hare Hare Mahadev. Jai Shri Ram. Jai